ਮੈਂ ਆਪਣੀ ਪਾਰਟੀ ਦਾ ਕਲੀਅਰ ਕਹਿਣਾ ਚਾਹੁੰਦਾ ਕਿ ਇਟਸ ਵੈਰੀ ਅਨਫੋਰਚੁਨੇਟ ਕਿਉਂਕਿ ਜੋ ਪਹਿਲੇ ਰਿਪੋਰਟ ਆਈ ਸੀ ਮੀਡੀਆ 'ਚ ਵੀ ਆਈ ਸੀ ਮੀਡੀਆ ਰਿਪੋਰਟਿੰਗ ਵੀ ਸੀ ਕਿ ਗਵਰਨਮੈਂਟ ਆਫ ਇੰਡੀਆ ਨੇ ਆ ਜਿਹੜੇ 550 ਸਾਲ ਸ਼ਤਾਬਦੀ ਦੇ ਸੰਬੰਧ ਵਿੱਚ ਉਹਨਾਂ ਨੂੰ ਮਾਫ਼ ਕਰਤਾ ਸੀ ਸ਼੍ਰੋਮਣੀ ਅਕਾਲੀ ਦਲ ਅਤੇ ਸਾਡੀ ਪਾਰਟੀ ਦੀ ਡੈਲੀਗੇਸ਼ਨ ਅਸੀਂ ਅਮਿਤ ਸ਼ਾਹ ਜੀ ਨੂੰ ਮਿਲਾਂਗੇ ਕਿਉਂਕਿ ਆਹ ਬੇਇਨਸਾਫ਼ੀ ਹੈ ਇੱਕ ਬੰਦਾ 30 ਸਾਲ ਬਗੈਰ ਪੈਟਰੋਲ ਦੇ ਤੁਸੀਂ ਇਹ ਜੇਲ੍ਹ 'ਚ ਰੱਖਿਆ 30 ਸਾਲ ਅਤੇ ਤੁਸੀਂ ਉਹਦੇ ਬਾਅਦ ਦੂਜੇ ਜਿਹੜੇ ਪੰਜਾਬ ਪੁਲਿਸ ਪੰਜਾਬ ਦੀ ਸਰਕਾਰ ਹੈ ਜਿਹੜੇ ਪੁਲਿਸ ਵਾਲਿਆਂ ਨੇ ਆਪਣੀ ਡਿਊਟੀ 'ਤੇ ਲੋਕਾਂ ਨੂੰ ਮਾਰਿਆ ਸੀ ਉਹਨਾਂ ਨੂੰ ਤਾਂ ਮਾਫ਼ ਕਰਤਾ ਤੁਸੀਂ ਜਿਨ੍ਹਾਂ ਨੇ 1 ਸਾਲ ਵੀ ਨਹੀਂ ਜੇਲ੍ਹ ਕੱਟੀ ਕਿਸੇ ਨੇ 1.5 ਸਾਲ ਜੇਲ੍ਹ ਕੱਟੀ ਹੈ ਜਿਨ੍ਹਾਂ ਨੂੰ ਉਮਰ ਕੈਦ ਹੋਈ ਹੈ ਉਹਨਾਂ ਨੂੰ ਤਾਂ ਮਾਫ਼ ਕਰਤਾ ਅਤੇ ਇਸ ਕਰਕੇ ਆਈ ਵੀ ਸਟਰੋਂਗਲੀ ਫੀਲ ਐਂਡ ਕਿ ਇਸ ਰੋਂਗ ਵਟ ਐਵਰ ਇਫ ਇਟਸ ਇਫ ਦੈਟ ਇਜ਼ ਟਰੂ ਜੇ ਇਫ ਦੈਟ ਇਜ਼ ਟਰੂ ਸਾਡੀ ਪਾਰਟੀ ਦੀ ਡੈਲੀਗੇਸ਼ਨ ਹੋਮ ਮਿਨਿਸਟਰ ਅਤੇ ਪ੍ਰਾਈਮ ਮਿਨਿਸਟਰ ਜ਼ਰੂਰ ਮਿਲੂਗੀ।